ਤੇ ਰੱਬ ਦੇ ਨਾਂ ਦੇ ਉੱਤੇ ਵੀ ਕਈਆਂ ਨੇ ਆਪਣੀਆਂ ਦੁਕਾਨਾਂ ਖੋਲੀਆਂ, ਆਪਣੇ ਧੰਦੇ ਚਲਾਏ ਤੇ ਅੱਜ ਤੱਕ ਚੱਲਦੇ ਪਏ ਨੇ। ਤੇ ਜੇ ਉਹਨਾਂ ਦੇ ਧੰਦੇ ਬਾਰੇ ਕੋਈ ਬੋਲੇ, ਜੇ ਉਹਨਾਂ ਦੇ ਧੰਦੇ ਬਾਰੇ ਕੋਈ ਗੱਲ ਕਰੇ ਤੇ ਉਹਨਾਂ ਨੂੰ ਗੁੱਸਾ ਬੜਾ ਲੱਗਦਾ। ਹੁਣ ਤਾਂ ਮੈਂ ਕਹਿੰਦਾ ਦੁਨੀਆ ਵੇਖੋ ਸਿਆਣੀ ਹੋ ਰਹੀ ਹੈ। ਹੁਣ ਤਾਂ ਕਈ ਐਸੀਆਂ ਫਿਲਮਾਂ ਵੀ ਬਣਨ ਲੱਗ ਪਈਆਂ ਜਿੱਥੇ ਇਹਨਾਂ ਵਹਿਮਾਂ ਭਰਮਾਂ ਕਰਮਕਾਂਡਾਂ ਉੱਤੇ ਕਟਾਕਸ਼ ਕੀਤਾ ਜਾਂਦਾ ਹੈ। ਪਰ ਜਦੋਂ ਐਸੀਆਂ ਫਿਲਮਾਂ ਤੱਕ ਵੀ ਬਣਦੀਆਂ ਨੇ ਤਾਂ ਲੋਕ ਉਹਨਾਂ ਫਿਲਮਾਂ ਦਾ ਵੀ ਵਿਰੋਧ ਕਰਦੇ ਨੇ। ਕਿਉਂ? ਕਿਉਂਕਿ ਜਿਨ੍ਹਾਂ ਦੀਆਂ ਦੁਕਾਨਦਾਰੀਆਂ ਬੰਦ ਹੁੰਦੀਆਂ ਨੇ ਨਾ, ਉਹਨਾਂ ਨੂੰ ਟੈਨਸ਼ਨ ਹੁੰਦੀ ਹੁੰਦੀ ਹੈ ਵੀ ਇਹ ਕਿਉਂ ਹੋ ਰਿਹਾ। ਇਸੇ ਤਰ੍ਹਾਂ ਹਰ ਕਿਸੇ ਨੂੰ ਟੈਨਸ਼ਨ ਹੁੰਦੀ ਹੈ ਜੀ। ਇਸੇ ਤਰ੍ਹਾਂ ਕਈ ਐਸੇ ਹੁੰਦੇ ਨੇ ਜਿਹੜੇ ਗੁਰਦੁਆਰਾ ਸਾਹਿਬ ਆ ਕੇ ਬੈਠੇ ਹੁੰਦੇ ਨੇ, ਪਰ ਉਹਨਾਂ ਨੂੰ ਗੁਰੂ ਸਾਹਿਬ ਦੀ ਗੱਲ ਵੀ ਜਿਹੜੀ ਹੈ ਨਾ, ਉਹ ਹਜ਼ਮ ਨਹੀਂ ਹੋ ਰਹੀ ਹੁੰਦੀ ਤੇ ਟੈਨਸ਼ਨ ਉਹਨਾਂ ਨੂੰ ਵੀ ਕਈ ਵਾਰ ਹੋ ਜਾਂਦੀ ਹੈ। ਤਾਂ ਸਤਿਗੁਰੂ ਜੀ ਨੇ ਆਖਿਆ ਰਾਮ ਰਾਮ ਸਭ ਕੋ ਕਹੈ ਕਹੇ ਐ ਰਾਮ ਨਾ ਹੋਏ। ਕਹਿੰਦੇ ਇਕੱਲੇ ਕਹਿਣ ਦੇ ਨਾਲ ਕੀ ਹੋ ਜਾਏਗਾ? ਜੇਕਰ ਭਲਿਆ ਤੂੰ ਮਨ ਕਰਕੇ ਰੱਬ ਨੂੰ ਨਹੀਂ ਨਾ ਚੇਤੇ ਕਰਦਾ ਤੇ ਕੁਝ ਬਣਨਾ ਨਹੀਂ। ਗੁਰੂ ਨਾਨਕ ਸਾਹਿਬ ਦਾ ਸ਼ਲੋਕ ਬੜਾ ਪਿਆਰਾ, ਉਹਨਾਂ ਨੇ ਆਖਿਆ ਗਿਆਨ ਵਿਹੂਣਾ ਗਾਵੈ ਗੀਤ। ਕਹਿੰਦੇ ਗਿਆਨ ਤੋਂ ਸਖਣਾ ਹੈ, ਗਿਆਨ ਤੋਂ ਵਿਹੂਣਾ ਹੈ, ਗਿਆਨ ਤੋਂ ਸਖਣਾ ਹੈ। ਪਤਾ ਕੁਝ ਨਹੀਂ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਕੀ ਸਮਝਾ ਰਹੇ ਨੇ, ਪਰ ਕੀ ਕਰ ਰਿਹਾ? ਗਿਆਨ ਵਿਹੂਣਾ ਕੀ ਕਰ ਰਿਹਾ ਜੀ? ਗਾਵੈ ਗੀਤ, ਰੱਬ ਦੇ ਗੀਤ ਗਾਈ ਜਾਂਦਾ ਜ਼ੁਬਾਨ ਤੋਂ, ਮੂੰਹ ਕਰਕੇ ਰੱਬ ਦੇ ਬਾਰੇ 'ਚ ਬੋਲੀ ਜਾਂਦਾ, ਮੂੰਹ ਕਰਕੇ ਸ਼ਬਦ ਵੀ ਪੜ੍ਹੀ ਜਾਂਦਾ, ਮੂੰਹ ਕਰਕੇ ਕਥਾ ਵੀ ਕਰੀ ਜਾਂਦਾ ਜਾਂ ਰੱਬ ਦੀਆਂ ਗੱਲਾਂ ਵੀ ਕਰੀ ਜਾਂਦਾ, ਮੂੰਹ ਕਰਕੇ ਹੋ ਰਿਹਾ ਹੈ, ਪਰ ਅਸਲ ਮਾਲਕ ਦਾ ਗਿਆਨ ਕੀ ਹੈ ਉਹਦੇ ਬਾਰੇ ਨਹੀਂ ਨੌਲੇਜ ਹੈਗੀ। ਤਾਂ ਜਦੋਂ ਤੁਸੀਂ ਵੇਖੋ ਨਾ ਇਹਨਾਂ ਸਟੇਜਾਂ ਤੋਂ ਬਹਿ ਕੇ ਐਸੇ ਐਸੇ 'ਚ ਕਈ ਵਾਰ ਝੂਠ ਵੀ ਬੋਲ ਦਿੱਤੇ ਜਾਂਦੇ ਆ ਵੀ ਜਿਹੜੀਆਂ ਗੱਲਾਂ ਠੀਕ ਹੁੰਦੀਆਂ ਨਹੀਂ ਪਰ ਫਿਰ ਵੀ ਆਖ ਦਿੱਤੀਆਂ ਜਾਂਦੀਆਂ ਨੇ, ਇਹ ਕੌਣ ਆਖਦੇ ਨੇ ਜਿਹੜੇ ਗਿਆਨ ਤੋਂ ਸੱਖਣੇ ਹੁੰਦੇ, ਜਿਨ੍ਹਾਂ ਨੂੰ ਗਿਆਨ ਬਾਰੇ ਕੁਝ ਨਹੀਂ ਪਤਾ, ਗੁਰੂ ਗ੍ਰੰਥ ਸਾਹਿਬ ਜੀ ਕੀ ਸਮਝਾ ਰਹੇ ਨੇ ਕੁਝ ਨਹੀਂ ਪਤਾ, ਪਰ ਫਿਰ ਵੀ ਗੀਤ ਗਾਏ ਜਾ ਰਹੇ ਨੇ, ਆਖਿਆ ਜਾ ਰਿਹਾ ਹੈ ਵੀ ਅਸੀਂ ਰੱਬ ਦੀ ਗੱਲ ਹੀ ਕਰਦੇ ਪਏ ਹਾਂ, ਪਰ ਅਸਲ ਵਿੱਚ ਉਹ ਰੱਬ ਦੀ ਗੱਲ ਹੁੰਦੀ ਨਹੀਂ। ਗੁਰੂ ਨਾਨਕ ਸਾਹਿਬ ਨੇ ਆਖਿਆ, ਕਹਿੰਦੇ ਵੇਖ ਗੌਰ ਕਰਿਓ ਜ਼ਰਾ ਵੀ ਉਹ ਆਪਣਾ ਕੀ ਕੁਝ ਤੋਰ ਕੇ ਬੈਠੇ ਹੋਏ ਨੇ ਉਹ ਲੋਕ, ਉਹ ਰੱਬ ਦੀ ਗੱਲ ਕਰਨ ਵਾਸਤੇ ਨਹੀਂ, ਆਪਣੀਆਂ ਜੇਬਾਂ ਭਰਨ ਵਾਸਤੇ ਸਾਰਾ ਕੁਝ ਕਰਦੇ। ਇਸੇ ਸ਼ਲੋਕ 'ਚ ਗੁਰੂ ਸਾਹਿਬ ਨੇ ਸਾਰੀ ਪੋਲ ਖੋਲ ਦਿੱਤੀ ਉਹਨਾਂ ਲੋਕਾਂ ਦੀ। ਗਿਆਨ ਵਿਹੂਣਾ ਗਾਵੈ ਗੀਤ ਭੁੱਖੇ ਮੁੱਲਾਂ। ਜਿਹਨੂੰ ਭੁੱਖ ਲੱਗੀ ਨਾ, ਉਹ ਭਾਵੇਂ ਮੁੱਲਾਂ ਸੀਗਾ, ਭਾਵੇਂ ਉਹ ਕਾਜ਼ੀ ਸੀਗਾ, ਭਾਵੇਂ ਮੌਲਵੀ ਸੀ, ਤੇ ਹੁਣ ਇਕੱਲੇ ਕਾਜ਼ੀ ਤੇ ਮੌਲਵੀ ਦੀ ਗੱਲ ਨਹੀਂ ਹੈ, ਇੱਥੇ ਮੇਰੇ ਵਰਗਾ ਵੀ ਆਉਂਦਾ ਜੇ ਜਿਹਨੇ ਗਲ 'ਚ ਹਜ਼ੂਰੀਆ ਪਾਇਆ, ਇੱਥੇ ਮੇਰੇ ਵਰਗਾ ਵੀ ਆਉਂਦਾ ਜਿਹਨੇ ਗਲ 'ਚ ਕਿਰਪਾਨ ਪਾਈ ਹੈ, ਸਾਡੇ ਸਾਰਿਆਂ ਦਾ ਜ਼ਿਕਰ ਆਊਗਾ ਹੁਣ ਇੱਥੇ। ਮਤਾਂ ਕੋਈ ਗੁੱਸਾ ਕਰੇ ਪ੍ਰਚਾਰਕ ਜਾਂ ਕੋਈ ਰਾਗੀ ਸਿੰਘ ਜਾਂ ਕੋਈ ਗ੍ਰੰਥੀ ਸਿੰਘ, ਇੱਥੇ ਸਾਰਿਆਂ ਨੂੰ ਗੁਰੂ ਸਾਹਿਬ ਨੇ ਇੱਕੋ ਪਾਸੇ ਨੂੰ ਕੀਤਾ ਹੈ। ਜਿੰਨੇ ਵੀ ਧਾਰਮਿਕ ਖਵਾਉਣ ਵਾਲੇ ਲੋਕ ਸੀ ਨਾ, ਭਾਵੇਂ ਉਹ ਸਾਡੇ 'ਚ ਹੋਣ, ਭਾਵੇਂ ਕਿਸੇ ਵੀ ਮਤ ਵਿੱਚ ਹੋਣ, ਭਾਵੇਂ ਉਹ ਹਿੰਦੂ ਵੀਰਾਂ 'ਚ ਹੋਣ, ਭਾਵੇਂ ਮੁਸਲਮਾਨਾਂ ਦੇ ਵਿੱਚ ਹੋਣ, ਭਾਵੇਂ ਕ੍ਰਿਸ਼ਨਾਂ ਦੇ ਵਿੱਚ, ਭਾਵੇਂ ਬੋਧੀਆਂ ਵਿੱਚ, ਭਾਵੇਂ ਜੈਨੀਆਂ ਵਿੱਚ ਅਤੇ ਭਾਵੇਂ ਸਿੱਖਾਂ ਵਿੱਚ, ਸਾਰਿਆਂ ਨੂੰ ਇੱਥੇ ਕਹਿੰਦੇ ਜਿਹਨੂੰ ਭੁੱਖ ਲੱਗੀ ਨਾ ਉਹਨੇ ਆਪਣੀ ਦੁਕਾਨਦਾਰੀ ਤੋਰ ਲਈ। ਹੁਣ ਦੁਕਾਨਦਾਰੀ ਕਿਵੇਂ ਤੋਰੀ? ਆ ਤੁਸੀਂ ਵੇਖੋ ਦੁਕਾਨਾਂ ਹੀ ਖੁੱਲੀਆਂ ਨੇ ਨਾ, ਜਿੰਨੇ ਡੇਰੇ ਨੇ ਇਹ ਕੀ ਹੈ, ਹਰ ਕਿਸੇ ਨੇ ਆਪਣੀ ਦੁਕਾਨ ਖੋਲ੍ਹੀ ਹੈ। ਜਿਹਨੂੰ ਭੁੱਖ ਲੱਗੀ, ਇੱਥੇ ਭੁੱਖ ਕਿਹੜੀ ਹੈ? ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਤ੍ਰਿਸ਼ਨਾ ਦੀ ਗੱਲ ਹੋ ਰਹੀ ਹੈ। ਜਿਹੜਾ ਤ੍ਰਿਸ਼ਨਾ ਵਿੱਚ ਫਸਿਆ ਨਾ, ਜਿਹੜਾ ਕਹਿੰਦਾ ਹੋਰ ਆ ਜੇ ਹੋਰ ਆ ਜੇ, ਐਸੇ ਬੰਦੇ ਨਾ ਕਈ ਵਾਰ ਸੜਕ ਉੱਤੇ ਤੁਰੇ ਜਾ ਰਹੇ ਹੁੰਦੇ, ਆਮ ਜੇ ਬੰਦੇ ਹੁੰਦੇ ਨੇ, ਆਮ ਜੇ ਬੰਦੇ ਹੁੰਦੇ ਨੇ, ਤੇ ਕਈ ਕੋਈ ਆ ਕੇ ਨਾ ਉਹਨਾਂ ਨੂੰ ਆਖ ਦਿੰਦਾ ਹੋਰ ਬਾਬਾ ਜੀ ਕੀ ਹਾਲ ਨੇ, ਉਹਨਾਂ ਦੇ ਮਨ 'ਚ ਆ ਗਿਆ ਵੀ ਬਾਬਾ ਜੀ ਕਹਿਤਾ, ਇਹਦਾ ਮਤਲਬ ਵੀ ਗੱਲ ਬਣ ਸਕਦੀ ਹੈ, ਚੋਲਾ ਹੀ ਕਿਉਂ ਨਾ ਪਾ ਲਈਏ। ਉਹ ਚੋਲਾ ਪਾ ਕੇ ਫਿਰ ਇੱਕ ਅੱਧੇ ਨੇ ਆ ਕੇ ਮੱਥਾ ਟੇਕਤਾ, ਕੋਈ 5,000 10,000 ਅੱਗੇ ਰੱਖ ਗਿਆ,
ਉਹਦੇ ਮਨ 'ਚ ਗੱਲ ਆਈ ਵੀ ਇਹ ਦੁਕਾਨਦਾਰੀ ਵਧੀਆ ਚੱਲ ਸਕਦੀ ਇੱਦਾਂ, ਤਾਂ ਕਿਉਂ ਨਾ ਹੁਣ ਇੱਕ ਅੱਧੇ ਕਮਰਾ ਲੈ ਲਈਏ, ਉਸ ਕਮਰੇ ਦੇ ਵਿੱਚ ਆਪਾਂ ਵਿਆਹ ਕਰਾਂਗੇ, ਮੱਥੇ ਮੁੱਥੇ ਟਿਕਾਇਆ ਕਰਾਂਗੇ। ਲਓ ਜੀ ਕਮਰੇ ਵਾਲਾ ਕੰਮ ਚੱਲ ਪਿਆ, ਹੌਲੀ ਹੌਲੀ ਕਰਦਿਆਂ ਕਰਦਿਆਂ 5-10 ਸਾਲਾਂ ਦੇ ਵਿੱਚ ਇੱਕ ਵੱਡਾ ਸਾਰਾ ਡੇਰਾ ਤਿਆਰ ਹੋ ਜਾਂਦਾ। ਉਹ ਤਿਆਰ ਕਿਹਨੇ ਕਰਕੇ ਦਿੱਤਾ ਹੁੰਦਾ? ਸੁੱਖ ਨਾਲ ਸਾਡੇ ਲੋਕਾਂ ਨੇ ਤਿਆਰ ਕੀਤਾ ਹੁੰਦਾ। ਉਹ ਤੇ ਆਖਦੇ ਨੇ ਬਾਬਾ ਜੀ ਬੜੇ ਵੱਡੇ ਨੇ, ਇਹਨਾਂ ਕੋਲੋਂ ਸਾਰੀਆਂ ਦਾਤਾਂ ਮਿਲ ਜਾਂਦੀਆਂ। ਉਹ ਤੁਸੀਂ ਤਾਂ ਉਹਨੂੰ ਡੇਰਾ ਤਿਆਰ ਕਰਕੇ ਦਿੱਤਾ, ਉਹਦੇ ਕੋਲ ਤੁਹਾਨੂੰ ਕੀ ਕੱਖ ਮਿਲਣਾ? ਕੁਛ ਵੀ ਨਹੀਂ ਮਿਲਣਾ। ਲੋਕਾਂ ਦੇ ਪੈਸਿਆਂ ਦੇ ਨਾਲ ਹੀ ਐਡੇ ਵੱਡੇ ਵੱਡੇ ਡੇਰੇ ਬਣ ਗਏ ਨਾ। ਬਾਬੇ ਦੇ ਬਾਬਾ ਤੇ ਆਪ ਤੇ ਕੰਮ ਨਹੀਂ ਕਰਦਾ, ਆਪ ਤੇ ਨਾ ਉਹ ਕੇਲਿਆਂ ਦੀ ਰੇਹੜੀ ਲਾਉਂਦਾ, ਨਾ ਉਹ ਸੇਵਾ ਦੀ ਰੇਹੜੀ ਲਾਵੇ, ਤੇ ਨਾ ਕੋਈ ਦੁਕਾਨਦਾਰੀ ਕਰੇ, ਤੇ ਨਾ ਕਿਤੇ ਬਿਜ਼ਨਸ ਕਰੇ, ਕੁਝ ਵੀ ਨਹੀਂ ਕਰਦਾ। ਨਾ ਕਿਤੇ ਉਹ ਸਰਕਾਰੀ ਨੌਕਰੀ ਕਰਦਾ, ਨਾ ਉਹ ਕਿਤੇ ਪ੍ਰਾਈਵੇਟ ਜੋਬ ਕਰਦਾ, ਕੁਝ ਵੀ ਨਹੀਂ ਕਰਦਾ। ਉਹਦੇ ਕੋਲ ਇੰਨਾ ਪੈਸਾ ਕਿੱਥੋਂ ਆ ਗਿਆ ਇਕਦਮ? ਉਹ ਸਾਡੇ ਲੋਕਾਂ ਦਾ ਹੀ ਦਿੱਤਾ ਹੁੰਦਾ। ਗੁਰੂ ਸਾਹਿਬ ਨੇ ਆਖਿਆ, ਕਹਿੰਦੇ ਜਿਹਨੂੰ ਭੁੱਖ ਲੱਗੀ ਨਾ, ਭੁੱਖੇ ਮੁੱਲਾਂ ਘਰੇ ਮਸੀਤ, ਉਹਨੇ ਆਪਣੇ ਘਰ ਨੂੰ ਹੀ ਮਸੀਤ ਬਣਾ ਲਿਆ। ਉੱਥੇ ਮਸੀਤ ਦੀ ਗੱਲ ਆਈ, ਇੱਥੇ ਡੇਰੇ ਬਣ ਗਏ ਨੇ। ਗਿਆਨ ਵਿਹੂਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ, ਮਖੱਟੂ ਹੋਏ ਕਹਿ ਕੰਨ ਪੜਾਏ। ਮਖੱਟੂ, ਮਖੱਟੂ ਆਪਾਂ ਕਿਹਨੂੰ ਆਖਦੇ ਹਾਂ? ਘਰ ਦੇ ਵਿੱਚ ਪੁੱਤ ਹੋਵੇ ਨਾ, ਤਾਂ ਕੋਈ ਕੰਮ ਕਾਜ ਨਾ ਕਰਦਾ ਹੋਵੇ, ਪਿਓ ਨੂੰ ਆਖਦਾ ਮਖੱਟੂ ਆ, ਕੋਈ ਕੰਮ ਕਾਜ ਕਰ ਲਿਆ ਕਰ, ਸਾਰਾ ਦਿਨ ਵਿਹਲਾ ਬੈਠਾ ਰਹਿੰਦਾ। ਹੁਣ ਗੁਰੂ ਸਾਹਿਬ ਨੇ ਮਖੱਟੂ ਲਫ਼ਜ਼ ਪਤਾ ਕਿਹਨਾਂ ਬਾਰੇ ਵਰਤਿਆ ਸੀ? ਜੋਗੀਆਂ ਦੇ ਬਾਰੇ ਵਿੱਚ, ਜੋਗੀਆਂ ਦੇ ਬਾਰੇ ਵਿੱਚ। ਮਖੱਟੂ ਹੋਏ ਕਹਿ ਕੰਨ ਪੜਾਏ, ਕਹਿੰਦੇ ਮਖੱਟੂ ਹੋ ਗਏ, ਕੰਨ ਪੜਾ ਲਏ ਇਹਨਾਂ ਨੇ, ਕੰਨਾਂ 'ਚ ਪਾ ਲਈਆਂ ਮੁੰਦਰਾਂ, ਤੇ ਮੰਗਣ ਵਾਸਤੇ ਲੋਕਾਂ ਦੇ ਘਰ ਘਰ ਤੁਰ ਪਏ। ਇੱਕ ਪਾਸੇ ਜੋਗੀ ਜਿਹੜਾ ਏ, ਉਹ ਗ੍ਰਿਸਤੀ ਨੂੰ ਕਹਿੰਦਾ ਏ ਵੀ ਗ੍ਰਿਸਤੀ ਰੱਬ ਨੂੰ ਪ੍ਰਾਪਤ ਨਹੀਂ ਕਰ ਸਕਦਾ। ਰੱਬ ਨੂੰ ਪ੍ਰਾਪਤ ਉਹ ਕਰ ਸਕਦਾ ਏ ਜਿਹੜਾ ਜੰਗਲਾਂ ਵਿੱਚ ਗਿਆ ਹੋਵੇ ਜਾਂ ਪਹਾੜਾਂ ਉੱਤੇ ਚੜਿਆ ਹੋਵੇ। ਤਾਂ ਗੁਰੂ ਸਾਹਿਬ ਨੇ ਇੱਕ ਸਵਾਲ ਕੀਤਾ ਸੀ ਵੀ ਜੋਗੀ ਜੀ, ਜੇ ਤੁਸੀਂ ਇਹ ਗੱਲ ਆਖਦੇ ਹੋ ਕਿ ਗ੍ਰਿਸਤੀ ਜਿਹੜਾ ਏ ਉਹ ਰੱਬ ਨੂੰ ਨਹੀਂ ਪਾ ਸਕਦਾ, ਪਰ ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਨਾ, ਤੁਹਾਨੂੰ ਜੰਗਲਾਂ ਵਿੱਚੋਂ ਤੇ ਪਹਾੜਾਂ ਉੱਤੋਂ ਕੁਝ ਨਹੀਂ ਮਿਲਦਾ, ਤੁਸੀਂ ਵੀ ਠੂਠਾ ਫੜ ਕੇ ਉਹਨਾਂ ਗ੍ਰਿਸਤੀਆਂ ਦੇ ਦਰ ਉੱਤੇ ਆਉਂਦੇ ਹੋ, ਜਿਨ੍ਹਾਂ ਗ੍ਰਿਸਤੀਆਂ ਨੂੰ ਮਾੜਾ ਕਹਿੰਦੇ ਹੋ ਉਹਨਾਂ ਦਾ ਕਿਉਂ ਲੈ ਕੇ ਖਾਂਦੇ ਹੋ? ਫਿਰ ਜਵਾਬ ਦਿਓ, ਜੇ ਗ੍ਰਿਸਤੀ ਇੰਨਾ ਮਾੜਾ ਏ, ਤੁਹਾਡਾ ਢਿੱਡ ਵੀ ਤਾਂ ਗ੍ਰਿਸਤੀ ਭਰਦਾ ਪਿਆ, ਜੇ ਗ੍ਰਿਸਤੀ ਨਾ ਹੋਵੇ ਤਾਂ ਤੁਹਾਨੂੰ ਰੋਟੀ ਕਿੰਨੇ ਦੇਣੀ ਸੀ? ਗ੍ਰਿਸਤੀਆਂ ਦੇ ਦਰ 'ਚ ਜਾ ਕੇ ਤੁਸੀਂ ਮੰਗਦੇ ਹੋ, ਵੈਸੇ ਤੁਸੀਂ ਮਖੱਟੂ ਹੋ ਚੁੱਕੇ ਹੋ, ਸਭ ਕੰਮ ਕਾਜ ਤੁਸੀਂ ਛੱਡ ਦਿੱਤਾ। ਮਖੱਟੂ ਹੋਏ ਕਹਿ ਕੰਨ ਪੜਾਏ, ਫਕਰ ਕਰੇ ਹੋਰ ਜਾਤ ਗਵਾਏ, ਗੁਰ ਪੀਰ ਸਦਾਏ ਮੰਗਣ ਜਾਏ। ਆਪਣੇ ਆਪ ਨੂੰ ਗੁਰੂ ਅਖਵਾਉਂਦਾ ਏ, ਆਪਣੇ ਆਪ ਨੂੰ ਪੀਰ ਅਖਵਾਉਂਦਾ ਏ, ਤੇ ਕੀ ਕਰਦਾ ਏ? ਗੁਰ ਪੀਰ ਸਦਾਏ ਮੰਗਣ ਜਾਏ, ਲੋਕਾਂ ਦੇ ਘਰ ਵਿੱਚ ਜਾ ਜਾ ਕੇ ਮੰਗਦਾ ਏ। ਹੁਣ ਅੱਜ ਥੋੜ੍ਹਾ ਜਿਹਾ ਚੇਂਜ ਆ ਗਿਆ, ਅੱਜ ਥੋੜ੍ਹਾ ਜਿਹਾ ਚੇਂਜ ਹੈ। ਅੱਜ ਵੱਡੇ ਵੱਡੇ ਡੇਰੇ ਵਾਲੇ ਬਾਬੇ, ਉਹਨਾਂ ਦੀ ਹੁਣ ਇਹ ਤਾਂ ਨਹੀਂ ਨਾ ਵੀ ਉਹ ਲੋਕਾਂ ਦੇ ਘਰ ਆਉਣ, ਅਗਲਿਆਂ ਨੂੰ ਵਿਚਾਰਿਆਂ ਨੂੰ, ਵੈਸੇ ਆਉਂਦੇ ਨੇ ਜਦੋਂ ਪ੍ਰਸ਼ਾਦਾ ਛਕਣ ਜਾਂਦੇ ਨੇ, ਪਰ ਘੱਟ ਹੈ ਇਹ ਕੰਮ। ਹੁਣ ਉਹਨਾਂ ਨੇ ਥੋੜ੍ਹਾ ਜਿਹਾ ਕੰਮ ਨਾ ਪੈਸੇ ਦੇ ਅੱਜ ਵੀ ਲੈ ਰਹੇ ਨੇ, ਪਹਿਲਾਂ ਵੀ ਲੋਕਾਂ ਦੇ ਘਰੋਂ ਜਾ ਕੇ ਮੰਗਦੇ ਸੀ, ਮੰਗਦੇ ਅੱਜ ਵੀ ਨੇ, ਹੁਣ ਥੋੜ੍ਹਾ ਇਨਡਾਇਰੈਕਟ ਤਰੀਕੇ ਦੇ ਨਾਲ ਤਰੀਕਾ ਬਦਲ ਗਿਆ ਥੋੜ੍ਹਾ ਜਿਹਾ। ਹੁਣ ਬਾਬਾ ਜੀ ਆਪਣੇ ਡੇਰੇ ਵਿੱਚ ਬੈਠੇ ਹੁੰਦੇ ਨੇ, ਉਹਨਾਂ ਨੇ ਆਪਣੇ ਸੇਵਕਾਂ ਉੱਤੇ ਜਾਦੂ ਹੀ ਐਸਾ ਕੀਤਾ ਹੋਇਆ ਵੀ ਨੋਟ ਗੱਠੀਆਂ ਲਿਆ ਕੇ ਲੋਕ ਉਹਨਾਂ ਦੇ ਅੱਗੇ ਰੱਖਦੇ ਨੋਟਾਂ ਦੀਆਂ। ਹੁਣ ਉਹਨਾਂ ਨੂੰ ਮੰਗਣ ਜਾਣ ਦੀ ਲੋੜ ਨਹੀਂ ਪੈਂਦੀ, ਆਪੇ ਆ ਜਾਂਦਾ ਸੁੱਖ ਨਾਲ, ਆਪੇ ਆ ਜਾਂਦਾ। ਤੁਸੀਂ ਇੱਕ ਗੱਲ ਸੁਣੀ ਹੋਣੀ ਹੈ, ਦੇਣੇ ਵਾਲਾ ਜੱਬੀ ਦਿੱਤਾ ਦਿੱਤਾ ਛੱਪਰ ਫਾੜ ਕੇ। ਉਹ ਛੱਪਰ ਫਾੜ ਕੇ ਵੀ ਜਿਹੜੀ ਗੱਲ ਬਣਾਈ ਗਈ ਸੀ ਨਾ, ਛੱਪਰ ਦਾ ਮਤਲਬ ਸੀ ਛੱਤ, ਵੀ ਦੇਣ ਵਾਲਾ ਜਦੋਂ ਵੀ ਦਿੰਦਾ ਨਾ, ਉਹ ਛੱਤ ਪਾੜ ਕੇ ਦਿੰਦਾ। ਤੇ ਇਹ ਲਾਈਨ ਲਿਖੀ ਪਤਾ ਕਿਹਦੀ ਹੋਈ ਹੈ? ਜਿਹੜਾ ਸਭ ਤੋਂ ਆਲਸੀ ਬੰਦਾ ਸੀਗਾ,
ਜਿਹੜਾ ਕੋਈ ਕੰਮ ਨਹੀਂ ਸੀ ਨਾ ਕਰਨਾ ਚਾਹੁੰਦਾ, ਉਹ ਚਾਹੁੰਦਾ ਸੀ ਵੀ ਬੈੱਡ ਉੱਤੇ ਮੈਂ ਲੰਮਾ ਪਿਆ ਹੋਵਾਂ, ਛੱਤ ਪਾਟ ਜਾਵੇ ਅਤੇ ਉੱਤੋਂ ਦੀ ਨੋਟ ਹੀ ਨੋਟ ਡਿੱਗ ਪੈਣ, ਦੇਣੇ ਵਾਲਾ ਜੱਬੀ ਦੇਤਾ ਦੇਤਾ ਛੱਪਰ ਫਾੜ ਕੇ। ਇਹ ਕਿਤੋਂ ਉਹਦੀ ਸੋਚ ਦੇ ਵਿੱਚੋਂ ਹੀ ਇਹ ਗੱਲ ਨਿਕਲੀ ਹੋਈ ਹੈ ਵੀ ਮੈਨੂੰ ਕੰਮ ਨਾ ਕੋਈ ਕਰਨਾ ਪਵੇ, ਸਿਰੇ ਦਾ ਆਲਸੀ ਬੰਦਾ। ਅਤੇ ਤੁਸੀਂ ਵੇਖੋ ਅੱਜ ਕੁਝ ਇਸੇ ਤਰ੍ਹਾਂ ਦਾ ਹਿਸਾਬ ਕਿਤਾਬ ਹੈ। ਇੱਕ ਨਾ ਡੇਰੇ ਵਾਲਾ ਬਾਬਾ ਸੀਗਾ ਅਤੇ ਉਹਦੇ ਕੋਲ ਇੱਕ ਚੇਲਾ ਚੱਲ ਗਿਆ। ਇੱਕ ਬੰਦਾ ਗਿਆ ਉਹਦੇ ਕੋਲ ਅਤੇ ਜਾ ਕੇ ਕਹਿੰਦਾ ਜੀ ਮੈਂ ਨਾ ਤੁਹਾਡਾ ਚੇਲਾ ਬਣਨਾ ਚਾਹੁੰਦਾ ਵਾਂ। ਕਹਾਣੀ ਹੈ ਬੜੀ ਪਿਆਰੀ, ਜਿਹਨੇ ਲਿਖੀ ਉਹਨੇ ਵਿਅੰਗ ਕੱਸਿਆ ਬੜਾ ਵਧੀਆ। ਕਹਿੰਦਾ ਜੀ ਮੈਂ ਨਾ ਤੁਹਾਡਾ ਸੇਵਕ ਬਣਨਾ ਚਾਹੁੰਦਾ, ਤੁਹਾਡਾ ਚੇਲਾ ਬਣਨਾ ਚਾਹੁੰਦਾ ਵਾਂ। ਉਹ ਬਾਬਾ ਕਹਿੰਦਾ ਵੀ ਤੂੰ ਇੱਦਾਂ ਕਰ, ਅੱਜ ਨਹੀਂ, ਤੂੰ ਕੱਲ੍ਹ ਨੂੰ ਆਈ ਅਤੇ ਮੈਂ ਤੈਨੂੰ ਸਾਰਾ ਕੁਝ ਸਮਝਾ ਬੁਝਾ ਕੇ ਨਾ ਇੱਥੇ ਤੈਨੂੰ ਮੈਂ ਆਪਣਾ ਚੇਲਾ ਬਣਾ ਲਵਾਂਗਾ। ਪਰ ਉਹਨੇ ਇੱਕ ਗੱਲ ਆਖੀ, ਕਹਿੰਦਾ ਚੇਲਾ ਤੈਨੂੰ ਮੈਂ ਬਣਾ ਲਵਾਂਗਾ ਪਰ ਇੱਕ ਵਾਰੀ ਨਾ ਮੇਰੇ ਡੇਰੇ ਦਾ ਜ਼ਰਾ ਚੱਕਰ ਮਾਰ ਜਾਈਂ, ਵੇਖ ਜਾਈਂ ਸਾਰਾ ਕੁਝ ਵੀ ਇੱਥੇ ਸੇਵਕਾਂ ਨੂੰ ਕਿਹੜੇ ਕਿਹੜੇ ਕੰਮ ਕਰਨੇ ਪੈਂਦੇ ਨੇ, ਉਹ ਕੰਮ ਤੈਨੂੰ ਕਰਨੇ ਪੈਣੇ ਨੇ। ਹੁਣ ਜਿਹੜਾ ਉਹ ਚੇਲਾ ਆਇਆ ਸੀ ਨਾ ਬਣਨ ਵਾਸਤੇ, ਚੇਲਾ ਬਣਨ ਵਾਸਤੇ ਜਿਹੜਾ ਬੰਦਾ ਆਇਆ ਸੀਗਾ, ਉਹਦੇ ਮਨ ਵਿੱਚ ਇਹ ਖਿਆਲ ਸੀਗਾ ਵੀ ਚੇਲੇ ਬਣ ਜਾਂਦੇ ਆ, ਕਿਉਂਕਿ ਉਹਨੇ ਆਮ ਘੁੰਮਦੇ ਫਿਰਦੇ ਬਾਬੇ ਵੇਖੇ ਸੀ ਨਾ, ਨਾਲ ਚਾਰ ਪੰਜ ਬੋਡੀਗਾਰਡ ਜੇ ਹੁੰਦੇ, ਉਹ ਵਿਹਲੇ ਹੁੰਦੇ ਨੇ, ਉਹਨਾਂ ਨੇ ਕਿਹੜਾ ਕੰਮ ਕਰਨਾ ਹੁੰਦਾ। ਉਹਦੇ ਮਨ 'ਚ ਵੀ ਕਿਤੇ ਇਹ ਸੀਗਾ ਵੀ ਬਾਬਾ ਜੇ ਮੈਨੂੰ ਰੱਖ ਲਵੇ ਤਾਂ ਘੁੰਮਾਂਗਾ, ਤਾਂ ਮੈਂ ਵੀ ਇੱਦਾਂ ਹੀ ਵਿਹਲਾ ਇਹਨਾਂ ਦੇ ਨਾਲ, ਅਤੇ ਵਿਹਲੀਆਂ ਖਾਣ ਨੂੰ ਵੀ ਮਿਲ ਜਾਣਗੀਆਂ। ਹੁਣ ਉਹਦੇ ਮਨ ਦੇ ਵਿੱਚ ਕੁਝ ਇਹੀ ਸੀਗਾ ਵੀ ਇਹ ਮੈਨੂੰ ਆਪਣੇ ਨਾਲ ਰੱਖ ਲਵੇ, ਪਰ ਉਹ ਬਾਬੇ ਨੇ ਇੰਨੀ ਗੱਲ ਆਖੀ ਵੀ ਇੱਕ ਵਾਰੀ ਜਿਹੜਾ ਚੱਕਰ ਮਾਰ ਜਾਈ, ਵੇਖ ਲਈ ਕੀ ਕੰਮ ਕਰਦੇ ਸੇਵਕ, ਉਹ ਤੈਨੂੰ ਕਰਨਾ ਪੈਣਾ। ਹੁਣ ਉਹਨੇ ਭੇਜਤਾ, ਕਹਿੰਦਾ ਕੱਲ੍ਹ ਨੂੰ ਆ ਜੀ। ਹੁਣ ਉਹ ਡੇਰੇ ਦਾ ਨਾ ਬਾਹਰ ਨਿਕਲ ਕੇ ਚੱਕਰ ਮਾਰਦਾ ਪਿਆ, ਵੇਖਦਾ ਪਿਆ ਉੱਥੇ ਕੋਈ ਭਾਂਡੇ ਮਾਂਜੀ ਜਾਂਦਾ, ਕੋਈ ਆਟਾ ਗੁੰਨੀ ਜਾਂਦਾ, ਕੋਈ ਰੋਟੀਆਂ ਪਕਾਉਣ ਡਿਆ ਏ, ਕੋਈ ਸਫਾਈਆਂ ਕਰਦਾ ਪਿਆ। ਉਹਨੇ ਸਾਰਾ ਕੁਝ ਵੇਖਿਆ, ਉਹਦੇ ਮਨ 'ਚ ਆਇਆ ਕਹਿੰਦਾ ਇਹ ਤਾਂ ਫਿਰ ਜੱਬ ਪੈ ਗਿਆ, ਕੰਮ ਤਾਂ ਫਿਰ ਕਰਨਾ ਪੈਣਾ। ਇਸੇ ਕੰਮ ਤੋਂ ਭੱਜ ਕੇ ਹੀ ਤਾਂ ਮੈਂ ਇਸ ਪਾਸੇ ਨੂੰ ਆ ਰਿਹਾ ਸੀਗਾ ਵੀ ਕੋਈ ਕੰਮ ਨਾ ਕਰਨਾ ਪਵੇ, ਵਿਹਲਾ ਰਹਿਣਾ ਪਵੇ, ਵੀ ਇੱਦਾਂ ਹੀ ਗੱਫੇ ਜਿਹੜੇ ਨੇ ਉਹ ਮਿਲੀ ਜਾਣ, ਇੱਥੇ ਪੰਗਾ ਤਾਂ ਫਿਰ ਪੈ ਗਿਆ। ਉਦੋਂ ਤਾਂ ਉਹ ਵਿਚਾਰਾ ਵੇਖ ਵੂਖ ਕੇ ਘਰ ਚਲ ਗਿਆ, ਅਗਲੇ ਦਿਨ ਆਇਆ ਅਤੇ ਅਗਲੇ ਦਿਨ ਆ ਕੇ ਨਾ ਬਾਬੇ ਦੇ ਪੈਰ ਫੜ ਲਏ ਉਹਨੇ। ਕਹਿੰਦਾ ਬਾਬਾ ਜੀ, ਉਹਨੇ ਆਖਿਆ, ਕਹਿੰਦਾ ਹਾਂਜੀ ਦੱਸੋ। ਕਹਿੰਦਾ ਮੈਂ ਤੁਹਾਨੂੰ ਆਖਿਆ ਸੀ ਨਾ ਵੀ ਮੈਨੂੰ ਚੇਲਾ ਬਣਾ ਲਓ, ਮੈਂ ਹੁਣ ਤੁਹਾਡਾ ਚੇਲਾ ਨਹੀਂ ਬਣਨਾ, ਮੈਂ ਹੁਣ ਤੁਹਾਡਾ ਚੇਲਾ ਨਹੀਂ ਬਣਨਾ। ਤੁਸੀਂ ਇੱਦਾਂ ਕਰੋ, ਮੈਨੂੰ ਤੁਸੀਂ ਨਾ ਗੁਰੂ ਹੀ ਬਣਾ ਦਿਓ, ਹੁਣ ਤੁਸੀਂ ਮੈਨੂੰ ਗੁਰੂ ਹੀ ਬਣਾ ਦਿਓ। ਉਹ ਕਹਿੰਦਾ ਕਿਉਂ ਬਈ, ਤੂੰ ਤਾਂ ਚੇਲਾ ਬਣਨ ਵਾਲਾ ਵਾਸਤੇ ਆਇਆ ਸੀਗਾ ਅਤੇ ਹੁਣ ਤੂੰ ਮੇਰੇ ਬਰਾਬਰ ਗੱਦੀ ਲਾਏਗਾ ਇੱਥੇ। ਕਹਿੰਦਾ ਜੀ ਮੇਰੇ ਮਨ ਅੰਦਰ ਇਹ ਸੀਗਾ ਵੀ ਮੈਂ ਵਿਹਲਾ ਬਵਾਂ, ਤੁਹਾਡੇ ਚੇਲਿਆਂ ਨੂੰ ਮੈਂ ਵੇਖਿਆ ਉਹ ਤੈਨੂੰ, ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਕੰਮ ਹੀ ਬੜਾ ਕਰਨਾ ਪੈਂਦਾ, ਵਿਹਲੇ ਤਾਂ ਤੁਸੀਂ ਹੀ ਹੋ, ਅਤੇ ਮੈਂ ਸੋਚਿਆ ਹੁਣ ਤੁਹਾਡੇ ਲਾਗੇ ਇੱਕ ਹੋਰ ਗੱਦੀ ਲਾ ਲਈਏ, ਤੁਹਾਡੇ ਵਰਗੇ ਬਣ ਜਾਈਏ ਵੀ ਤੁਸੀਂ ਵਿਹਲੇ ਰਹਿੰਦੇ ਹੋ ਅਤੇ ਅਸੀਂ ਮੈਂ ਵੀ ਵਿਹਲਾ ਰਹਿਣਾ ਚਾਹੁੰਦਾ ਵਾਂ, ਮੇਰੀ ਵੀ ਗੱਦੀ ਆਪਣੇ ਨਾਲ ਹੀ ਲਵਾ ਦਿਓ। ਹੁਣ ਬਹੁਤੀ ਵਾਰੀ ਸੰਸਾਰ ਵਿੱਚ ਹੁੰਦਾ ਕੀ ਹੈ, ਜਿਹੜਾ ਬੰਦਾ ਵਿਹਲਾ ਰਹਿਣਾ ਚਾਹੁੰਦਾ ਨਾ ਉਹ ਇਸ ਪਾਸੇ ਨੂੰ ਤੁਰ ਪਿਆ, ਅਤੇ ਬਹੁਤਾਤ ਦੁਨੀਆ ਅੱਜ ਇੰਨੀਆਂ ਇੰਨੀਆਂ ਪੜ੍ਹਾਈਆਂ ਕਰਕੇ ਵੀ ਨੌਕਰੀਆਂ ਨਹੀਂ ਮਿਲਦੀਆਂ। ਮੈਂ ਸੋਚਦਾ ਹੁੰਦਾ ਵੀ ਕਈ ਵਾਰੀ ਉਹਨਾਂ ਨੌਜਵਾਨਾਂ ਦੇ ਮਨ 'ਚ ਵੀ ਇਹੀ ਗੱਲ ਆਉਂਦੀ ਹੋਣੀ ਹੈ ਵੀ ਕਿਉਂ ਨਾ ਕੋਈ ਨਾ ਆਪਾਂ ਵੀ ਇੱਦਾਂ ਦੀ ਕੋਈ ਦੁਕਾਨ ਮਾੜੀ ਮੋਟੀ ਸ਼ੁਰੂ ਕਰ ਲਈਏ, ਆਉਣ ਵਾਲੇ ਸਮੇਂ 'ਚ ਵੱਡਾ ਸਾਡਾ ਡੇਰਾ ਬਣ ਜਾਏਗਾ। ਤੁਸੀਂ ਵੇਖੋ ਨਾ ਅੱਜ ਕਈ, ਤੁਸੀਂ ਇੰਟਰਨੈਟ ਉੱਤੇ ਕਦੀ ਵੇਖਿਓ, 10-10 ਸਾਲ ਦੇ ਬੱਚਿਆਂ ਦੀਆਂ ਫੋਟੋਆਂ ਪਈਆਂ ਹੁੰਦੀਆਂ ਇੰਟਰਨੈਟ ਉੱਤੇ, ਲਿਖਿਆ ਹੁੰਦਾ ਸੰਤ ਬਾਬਾ ਅੱਗੇ ਉਹਦਾ ਨਾਮ, 10 ਸਾਲ ਦਾ ਬੱਚਾ ਨਿਕਾ ਜਿਹਾ, ਹਜੇ ਉਹਨੂੰ ਭਾਵੇਂ ABC ਵੀ ਪੂਰੀ ਨਾ ਆਉਂਦੀ ਹੋਵੇ ਪਰ ਸੰਤ ਹੈ ਜੀ, ਬਾਬਾ ਹੈ ਜੀ, ਡਿਕਲੇਅਰ ਕਰ ਦਿੱਤਾ ਗਿਆ, ਦੁਕਾਨਦਾਰੀ ਚੱਲ ਪਈ ਉਹਦੇ ਨਾਂ ਦੇ ਉੱਤੇ। ਤਾਂ ਹੋ ਰਿਹਾ ਸਮਾਜ ਵਿੱਚ, ਮਖੱਟੂ ਹੋਏ ਕਹਿ ਕੰਨ ਪੜਾਏ, ਫਕਰ ਕਰੇ ਹੋਰ ਜਾਤ ਗਵਾਏ, ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕਹਿ ਮੂਲ ਨਾ ਲੱਗਿਆ ਪਾਏ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ ਘਾਲ ਖਾਏ। ਕਿਰਤ ਕਰਕੇ
ਉਹ ਕਿਰਤ ਕਿਸੇ ਵੀ ਢੰਗ ਦੀ ਹੋ ਸਕਦੀ, ਪਰ ਦੋ ਨੰਬਰ ਦੀ ਕਮਾਈ ਨਾ ਹੋਵੇ, ਦੋ ਨੰਬਰ ਦੀ ਕਮਾਈ ਨਾ ਹੋਵੇ। ਭਾਵੇਂ ਕੋਈ ਬਿਜ਼ਨਸ ਕਰੇ, ਭਾਵੇਂ ਕੋਈ ਦੁਕਾਨਦਾਰੀ ਕਰੇ, ਭਾਵੇਂ ਕੋਈ ਸਕੂਲ ਦੇ ਵਿੱਚ ਟੀਚਰ ਹੈ, ਉਹ ਕਿਸੇ ਵੀ ਤਰ੍ਹਾਂ ਦੀ ਜੋਬ, ਕੋਈ ਵੀ ਸਰਵਿਸ, ਕੋਈ ਵੀ ਬਿਜ਼ਨਸ ਬੰਦਾ ਕਰੇ, ਪਰ ਗੁਰੂ ਸਾਹਿਬ ਨੇ ਆਖਿਆ ਇਮਾਨਦਾਰੀ ਦੀ ਕਮਾਈ ਹੋਵੇ, ਦੋ ਨੰਬਰ ਦੀ ਨਾ ਹੋਵੇ। ਕਾਲ ਖਾਏ ਕਿਛ ਹੱਥੋਂ ਦੇ, ਅਤੇ ਕਿਸੇ ਨਾਲ ਸ਼ੇਅਰ ਕਰਨਾ ਵੀ ਆਉਣਾ ਚਾਹੀਦਾ ਹੈ। ਵੰਡ ਛਕਣ ਵਾਲੀ ਭਾਵਨਾ ਜੀਵਨ ਵਿੱਚ ਹੋਵੇ ਵੀ ਦੂਜੇ ਨਾਲ ਮੈਂ ਸ਼ੇਅਰ ਕਰ ਸਕਾਂ। ਜੇ ਮੇਰਾ ਭਰਾ ਭੁੱਖਾ ਮਰਦਾ, ਘੱਟੋ ਘੱਟ ਉਹਨੂੰ ਪੁੱਛ ਤੇ ਲਵਾਂ ਨਾ। ਇੱਥੇ ਬੰਦਾ ਚਿੜੀਆਂ ਨੂੰ ਤਾਂ ਦਾਣੇ ਪਾ ਦਿੰਦਾ, ਕਬੂਤਰਾਂ ਨੂੰ ਤਾਂ ਦਾਣੇ ਪਾ ਦਿੰਦਾ, ਭਰਾ ਭੁੱਖਾ ਮਰ ਜੇ ਉਹਨੂੰ ਪੁੱਛਣ ਵਾਸਤੇ ਤਿਆਰ ਨਹੀਂ ਅੱਜ ਦੇ ਟਾਈਮ 'ਚ ਆਹ ਹਿਸਾਬ ਹੈ। ਇੱਥੇ ਘਰ ਦੇ ਵਿੱਚ ਆਪਣੇ ਫੈਮਿਲੀ ਮੈਂਬਰ ਨੂੰ ਕਈ ਵਾਰ ਸਾਂਭਣ ਵਾਸਤੇ ਬੰਦਾ, ਇਹ ਸਾਰਿਆਂ ਉੱਤੇ ਗੱਲਾਂ ਨਹੀਂ ਲੱਗਦੀਆਂ ਹੁੰਦੀਆਂ, ਪਰ ਜਿਨ੍ਹਾਂ ਉਹਦੇ ਲੱਗਦੀਆਂ ਉਹ ਟਕਾ ਲਿਓ। ਕਈ ਵਾਰ ਬੰਦਾ ਆਪਣੇ ਫੈਮਿਲੀ ਮੈਂਬਰ ਨੂੰ ਪੁੱਛਣ ਵਾਸਤੇ ਤਿਆਰ ਨਹੀਂ ਹੁੰਦਾ, ਉਦਾਂ ਕਹਿੰਦਾ ਅਸੀਂ ਚਿੜੀਆਂ ਨੂੰ ਸਵੇਰੇ ਉੱਠ ਕੇ ਦਾਣੇ ਪਾਉਂਦੇ ਹੁੰਦੇ ਹਾਂ, ਅਸੀਂ ਜਾ ਕਬੂਤਰਾਂ ਨੂੰ ਦਾਣੇ ਪਾਉਂਦੇ ਹਾਂ, ਅਸੀਂ ਫਲਾਣੀ ਜਗ੍ਹਾ ਗਊਆਂ ਵਾਸਤੇ ਇੰਨਾ ਦਾਨ ਦੇ ਰਹੇ ਹਾਂ, ਅਤੇ ਆਪਣੇ ਘਰ ਦੇ ਬੰਦੇ ਨੂੰ ਪੁੱਛਣ ਵਾਸਤੇ ਤਿਆਰ ਨਹੀਂ ਹੈ। ਗੁਰੂ ਸਾਹਿਬ ਨੇ ਆਖਿਆ ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਅਸਲ ਦੇ ਵਿੱਚ ਆ ਹੈ ਜੀਵਨ ਜਿਉਣ ਦਾ ਰਾਹ, ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਮਝਾਇਆ ਹੈ ਇਮਾਨਦਾਰੀ ਦੀ ਕਿਰਤ ਕਰਕੇ, ਉਹਦੇ ਵਿੱਚੋਂ ਵੰਡ ਛਕਣ ਵਾਲਾ ਸਿਧਾਂਤ ਗੁਰੂ ਪਾਤਸ਼ਾਹ ਨੇ ਦਿੱਤਾ। ਅਤੇ ਇਸੇ ਨੂੰ ਆਖਿਆ ਸੀ ਨਾ ਅਸਲ ਵਿੱਚ ਮਾਲਕ ਦੇ ਨਾਲ ਜੁੜਨਾ, ਇਸੇ ਨੂੰ ਆਖਿਆ ਸੀ ਜਿੱਦਣ ਮਨ ਕਰਕੇ ਰੱਬ ਦਾ ਨਾਂ ਲੈਣਾ ਆ ਗਿਆ ਨਾ, ਉਦਨ ਪਖੰਡ ਪਾਸੇ ਹੋ ਜਾਏਗਾ, ਉਦਨ ਪਤਾ ਲੱਗ ਜਾਏਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਕੀ ਹੈ, ਉਦੋਂ ਲੜਾਈ ਝਗੜੇ ਮੁੱਖ